ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪ ਸਭ ਦਾ ਸਵਾਗਤ ਹੈ ਮਲਟੀਪਲ ਪਰਪਜ਼ ਵੀਡੀਓਜ਼ ਚੈਨਲ ਵਿੱਚ। ਅੱਜ ਮੇਰੇ ਮੰਮੀ ਨੇ ਚੋਲੀ ਬਣਾ ਰਹੇ ਨੇ ਕਰੋਸ਼ੀਏ 'ਤੇ, ਦੇਖਦੇ ਹਾਂ ਕਿਵੇਂ ਬਣਾਉਂਦੇ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਯੂਟਿਊਬ ਚੈਨਲ ਵਿੱਚ ਭੈਣਾਂ ਦਾ ਸਵਾਗਤ ਹੈ। ਅੱਜ ਆਪਾਂ ਇਹ ਚੋਲੀ ਬਣਾਵਾਂਗੇ। ਇਹ 2-3 ਸਾਲ ਦੇ ਬੱਚੇ ਦੇ ਆ ਸਕਦੀ ਹੈ। 2-3 ਸਾਲ ਦੇ ਬੱਚੇ ਦੀ ਆਪਾਂ ਬਣਾਈ ਆ। ਆਪਾਂ ਇੱਧਰਲੀ ਸਾਈਡ ਬਾਜੂ ਦੋਨੇ ਕੱਟ ਅਤੇ ਇਸ ਸਾਈਡ ਤੋਂ ਆਪਾਂ ਫਰੰਟ ਵਾਲਾ ਸਾਈਡ ਹੋ ਗਈ, ਆਹ ਆਪਣੀ ਬੈਕ ਸਾਈਡ ਹੋ ਗਈ। ਹੁਣ ਆਪਾਂ ਇਹਨੂੰ ਬਣਾਵਾਂਗੇ, ਕਿਸ ਤਰ੍ਹਾਂ ਬਣਾਵਾਂਗੇ। ਇਹ ਮੈਂ 3 ਪਲਾਈ ਦੀ ਪੱਛਮ ਲਈ ਆ ਅਤੇ 12 ਨੰਬਰ ਦਾ ਕਰੋਸ਼ੀਆ ਲਿਆ। ਹੁਣ ਆਪਾਂ ਇਹਨੂੰ ਬਣਾਵਾਂਗੇ। ਪਹਿਲਾਂ ਆਪਾਂ ਇੱਕ ਚੈਨ ਬਣਾ ਲਈ, ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌਂ ਦਸ। ਇਸੇ ਤਰ੍ਹਾਂ ਹੀ ਆਪਾਂ ਇਹ 84 ਚੈਨਾਂ ਬਣਾਵਾਂਗੇ। 80 ਅਤੇ 4 84 ਚੈਨਾਂ। ਇਹ ਹੁਣ ਆਪਾਂ 85 ਚੈਨਾਂ ਪਾ ਕੇ ਐਡੀ ਲੰਮੀ ਚੈਨ ਬਣਾ ਲਈ ਆ। ਇਹ ਗਲੇ ਤੋਂ ਸ਼ੁਰੂ ਹੋਊਗੀ। ਹੁਣ ਆਪਾਂ ਇਹ ਜਾਣੀ 3 ਚੈਨਾਂ ਛੱਡ ਕੇ 4th ਚੈਨ ਦੇ ਵਿੱਚ ਦੀ ਇਸ ਤਰ੍ਹਾਂ ਡਬਲ ਕਰੋਸ਼ੀਏ ਨਾਲ ਬਣਾ ਲਵਾਂਗੇ। ਇਸ ਤਰ੍ਹਾਂ ਆਪਾਂ ਇਹ ਬਣਾਵਾਂਗੇ। ਇਸ ਤਰ੍ਹਾਂ ਆਪਾਂ ਇਹ 10 ਫੰਦੇ ਬਣਾ ਲਵਾਂਗੇ ਇਸੇ ਤਰ੍ਹਾਂ ਹੀ। ਹੁਣ ਆਪਾਂ ਇਹ 10 ਫੰਦੇ ਬਣਾ ਲਏ। 1 2 3 4 5 6 7 8 9 10। ਹੁਣ ਆਪਾਂ ਇੱਕ ਚੈਨ ਬਣਾਵਾਂਗੇ। ਹੁਣ ਆਪਾਂ ਇਸੇ ਤਰ੍ਹਾਂ ਹੀ ਦੂਸਰੀ ਚੈਨ ਲੈ ਕੇ ਇਸ ਤਰ੍ਹਾਂ ਇਹਦੇ ਵਿੱਚ ਇੱਕ ਕਲੀ ਬਣਾਵਾਂਗੇ। ਇਸ ਤਰ੍ਹਾਂ ਹੀ ਇਸੇ ਫੰਦੇ ਵਿੱਚ ਹੀ ਆਪਾਂ 2 ਫੰਦੇ ਬਣਾ ਲਵਾਂਗੇ। ਫਿਰ ਆਪਾਂ ਇੱਕ ਚੈਨ ਬਣਾ ਲਈ। ਹੁਣ ਫਿਰ ਆਪਾਂ ਇਸੇ ਵਿੱਚ ਹੀ 2 ਵਾਰੀ ਫੰਦੇ ਬਣਾ ਕੇ 4 ਫੰਦੇ ਆਪਣੇ ਬਣ ਜਾਣਗੇ। ਹੁਣ ਆਪਾਂ ਫਿਰ ਇੱਕ ਚੈਨ ਬਣਾ ਲਈ। ਇਸ ਤਰ੍ਹਾਂ ਆਪਣੀ ਇਹ ਕਲੀ ਬਣ ਜਾਏਗੀ। ਹੁਣ ਆਪਾਂ ਫਿਰ ਇੱਕ ਚੈਨ ਛੱਡ ਕੇ ਇਸ ਚੈਨ ਦੇ ਨਾਲ ਹੀ ਇੱਥੇ 1 ਫੰਦਾ ਬਣਾਵਾਂਗੇ। ਫੰਦਾ ਬਣਾ ਲਿਆ ਡਬਲ ਕਰੋਸ਼ੀਏ ਨਾਲ। ਫਿਰ ਆਪਾਂ ਇਸੇ ਤਰ੍ਹਾਂ ਹੀ ਡਬਲ ਕਰੋਸ਼ੀਏ ਨਾਲ ਬਣਾਵਾਂਗੇ। ਹੁਣ ਆਪਾਂ ਇਸ 10 ਬਣਾਏ ਸੀ। ਹੁਣ ਆਪਾਂ ਇਸ ਸਾਈਡ ਕਲੀ ਤੋਂ ਇੱਧਰਲੇ ਪਾਸੇ ਆਪਾਂ ਇਹ 20 ਬਣਾਉਣੇ ਆ। 20 ਬਣਾ ਕੇ ਫਿਰ ਬਾਅਦ 'ਚ ਫਿਰ ਕਲੀ ਬਣਾਵਾਂਗੇ। ਹੁਣ ਆਪਾਂ ਇਹ 20 ਫੰਦੇ ਬਣਾ ਲਏ। 1 2 3
ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਵੀਹ ਹੋ ਗਏ। ਹੁਣ ਆਪਾਂ ਫਿਰ ਇਹਦੇ ਵਿੱਚ ਇੱਕ ਚੈਨ ਬਣਾਵਾਂਗੇ। ਹੁਣ ਆਪਾਂ ਉਹੀ ਕਲੀ ਬਣਾਵਾਂਗੇ ਫਿਰ ਇੱਥੇ ਚਾਰਾਂ ਵਾਲੀ, ਚਾਰ ਪੰਦੇ ਬਣਾਵਾਂਗੇ। ਇੱਕ ਦੋ, ਹੁਣ ਆਪਾਂ ਚੈਨ ਬਣਾ ਲਈ, ਫਿਰ ਆਪਾਂ ਇਸੇ ਪੰਦੇ ਦੀ ਵਜਦੀ ਪਾਵਾਂਗੇ। ਦੋ ਇੱਕ ਦੋ ਹੋ ਗਏ, ਹੁਣ ਇਹ ਆਪਣੀ ਕਲੀ ਬਣ ਗਈ ਚਾਰਾਂ ਦੀ। ਹੁਣ ਫਿਰ ਇੱਕ ਆਪਾਂ ਚੈਨ ਬਣਾ ਲਈ, ਹੁਣ ਫਿਰ ਇਸੇ ਤਰ੍ਹਾਂ ਹੀ ਆਪਾਂ ਵੀ ਫੰਦੇ ਡਬਲ ਕਰੋਸ਼ੀਏ ਨਾਲ ਬਣਾਵਾਂਗੇ। ਹੁਣ ਆਪਾਂ ਵੀ ਬਣਾ ਲਈਆਂ ਸੀ, ਹੁਣ ਫਿਰ ਆਪਾਂ ਇਹ ਕਲੀ ਬਣਾਵਾਂਗੇ। ਇਹ ਹੁਣ ਆਪਾਂ ਫਰੰਟ ਨਾਲ ਆ ਗਏ ਹਾਂ। ਤਿੰਨ ਤਿੰਨ ਕਲੀਆਂ, ਚਾਰ ਕਲੀਆਂ ਆਪਾਂ ਬਣਾਉਣੀਆਂ, ਚੌਥੀ ਕਲੀ ਆਪਣੀ ਬਣਦੀ ਹੈ। ਇਹ ਆਪਣੀ ਚੌਥੀ ਕਲੀ ਬਣ ਗਈ। ਹੁਣ ਆਪਾਂ ਫਿਰ ਇਸ ਤਰ੍ਹਾਂ ਹੀ ਦਸ ਪੰਦੇ ਬਣਾਵਾਂਗੇ ਮੂਹਰਲੀ ਸਾਈਡ 'ਤੇ। ਉੱਧਰ ਵੀ ਸਾਈਡ 'ਤੇ ਆਪਾਂ ਦਸ ਬਣਾਏ ਸੀ, ਇੱਧਰ ਵੀ ਦਸ ਬਣਾਏ ਸੀ, ਵਿਚਾਲੇ ਤਿੰਨਾਂ ਸਾਈਡ ਵਿਚਾਲੇ ਤਿੰਨ ਆਪਾਂ ਕਲੀਆਂ ਦੇ ਜਾਣੀ ਵੀਹ ਵੀਹ ਪੰਦੇ ਬਣਾਏ ਆ। ਹੁਣ ਆਪਾਂ ਇਹ ਦਸ ਬਣਾ ਲਏ ਆ। ਪਹਿਲਾਂ ਆਪਾਂ ਦਸ ਬਣਾਏ, ਫਿਰ ਆਪਾਂ ਕਲੀ ਬਣਾ ਲਈ, ਫਿਰ ਆਪਾਂ ਵੀਹ ਬਣਾਏ, ਫਿਰ ਕਲੀ ਬਣਾ ਲਈ, ਫਿਰ ਵੀਹ ਬਣਾਏ, ਅਤੇ ਫਿਰ ਕਲੀ ਬਣਾ ਲਈ, ਫਿਰ ਵੀਹ ਬਣਾਏ, ਅਤੇ ਫਿਰ ਕਲੀ ਬਣਾ ਲਈ। ਹੁਣ ਆਪਾਂ ਇਹ ਦਸ ਬਣਾ ਲਏ, ਹੁਣ ਆਪਾਂ ਇੱਧਰੋਂ ਫਿਰ ਇਹਨੂੰ ਬੁਣਨਾ ਸ਼ੁਰੂ ਕਰਾਂਗੇ। ਪਹਿਲਾਂ ਆਪਾਂ ਤਿੰਨ ਚੈਨ ਬਣਾ ਲੈਣੀਆਂ, ਫਿਰ ਆਪਾਂ ਦੂਸਰੇ ਪਾਸੇ ਸ਼ੁਰੂ ਕਰਾਂਗੇ। ਇਹਦੇ ਵਿੱਚ ਦੀ ਨਹੀਂ ਪਾਉਣਾ ਆਪਾਂ, ਇੱਥੋਂ ਦੀ ਪਾਉਣਾ। ਇਹ ਹੁਣ ਆਪਾਂ ਇਸੇ ਤਰ੍ਹਾਂ ਹੀ ਬਣਾ ਲਾਂਗੇ ਦਸ ਫੰਦੇ। ਇਹ ਆਪਾਂ ਉਸੇ ਚੈਨ ਦੇ ਵਿੱਚ ਦੀ ਪਾਈ ਜਾਣੇ ਆ, ਕਿਉਂਕਿ ਆਪਣੇ ਫੰਦੇ ਬਰਾਬਰ ਰਹਿਣਗੇ। ਜਿਸ ਤਰ੍ਹਾਂ ਪਹਿਲਾਂ ਪਾਇਆ ਸੀ ਉਸ ਤਰ੍ਹਾਂ ਹੀ ਪਾਈ ਜਾਣੇ ਆ ਉਸ ਦੇ ਉੱਪਰ ਉੱਪਰ ਹੀ। ਹੁਣ ਆਪਣਾ ਇਹ ਅਖੀਰਲਾ ਸੀ ਕਲੀ ਨਾਲ ਦਾ ਫੰਦਾ। ਹੁਣ ਆਪਾਂ ਇਸ ਫੰਦੇ ਦੇ ਵਿੱਚ ਇੱਕ ਫੰਦਾ ਹੋਰ ਵਧਾਵਾਂਗੇ, ਇਹ ਆਪਣੇ ਦੋ ਫੰਦੇ ਬਣ ਜਾਣਗੇ ਕਲੀ ਦੇ ਨਾਲ ਦੇ ਵਿੱਚ ਦੀ।
ਇਹ ਜਾਣੀ ਆਪਾਂ ਇਸ ਸਾਈਡ ਤੋਂ ਨਹੀਂ ਵਧਾਉਣਾ, ਇਹ ਆਪਾਂ ਇਸ ਸਾਈਡ ਤੋਂ ਕਲੀ ਦੇ ਨਾਲੋਂ ਵਧਾਉਣਾ ਇੱਕ, ਅਤੇ ਮੁੜ ਕੇ ਆਪਾਂ ਇੱਕ ਚੈਨ ਬਣਾਵਾਂਗੇ। ਫਿਰ ਹੁਣ ਆਪਾਂ ਕਲੀ ਦੇ ਵਿੱਚ ਦੀ ਫਿਰ ਇਸੇ ਤਰ੍ਹਾਂ ਹੀ ਆਪਾਂ ਚਾਰ ਬਣਾਵਾਂਗੇ। ਇਸ ਤਰ੍ਹਾਂ ਇੱਕ ਬਣਾ ਲਵਾਂਗੇ ਵਿਚਾਲੇ ਚੈਨ, ਫਿਰ ਆਪਾਂ ਉਸ ਵਿੱਚ ਦੀ ਦੋ ਬਣਾਵਾਂਗੇ। ਇਹ ਹੁਣ ਆਪਣੀ ਕਲੀ ਬਣ ਗਈ, ਕਲੀ ਬਣ ਗਈ ਇੱਕ, ਫਿਰ ਚੈਨ ਬਣਾ ਕੇ ਹੁਣ ਆਪਾਂ ਇੱਧਰਲੀ ਸਾਈਡ ਵੀ ਇੱਥੇ ਬਣਾਵਾਂਗੇ। ਇਸੇ ਫੰਦੇ ਵਿੱਚ ਆਪਾਂ ਦੋ ਫੰਦੇ ਬਣਾਵਾਂਗੇ, ਇੱਕ ਫੰਦਾ ਆਪਣਾ ਇੱਧਰ ਵੱਧ ਜਾਏਗਾ। ਬਾਕੀ ਆਪਾਂ ਉਸੇ ਤਰ੍ਹਾਂ ਹੀ ਉੱਪਰ ਉੱਪਰ ਫੰਦੇ ਬਣਾਵਾਂਗੇ। ਬਸ ਆਪਾਂ ਇਹ ਹੀ ਆਪਾਂ ਧਿਆਨ ਰੱਖਣਾ ਕਿ ਕਲੀ ਦੇ ਨਾਲ ਆਪਾਂ ਇੱਕ ਫੰਦਾ ਬਣਾਉਣਾ ਹੀ ਬਣਾਉਣਾ, ਦੋ ਫੰਦੇ ਆਪਣੇ ਬਣ ਜਾ ਕਰਨਗੇ ਉਹ। ਹੁਣ ਆਪਾਂ ਇਸੇ ਤਰ੍ਹਾਂ ਹੀ ਬਣਾਵਾਂਗੇ। ਜਦੋਂ ਆਪਾਂ ਅੱਗੇ ਆ ਗਏ ਇਸ ਕਲੀ ਦੇ ਬਰਾਬਰ, ਉੱਥੇ ਵੀ ਆਪਾਂ ਇੱਕ ਫੰਦਾ ਇੱਧਰ ਬਣਾਵਾਂਗੇ, ਉੱਧਰੋਂ ਕਲੀ ਦੇ ਇੱਧਰਲੀ ਸਾਈਡ ਬਣਾਵਾਂਗੇ। ਇਸੇ ਤਰ੍ਹਾਂ ਹੀ ਆਪਾਂ ਇਹ ਕਲੀਆਂ 16 ਕਲੀਆਂ ਬਣਾ ਲੈਣੀਆਂ, ਫਿਰ ਆਪਣਾ ਹੀ ਡਿਜ਼ਾਇਨ ਜਣ ਪੂਰਾ ਆ ਜਾਊਗਾ ਬੱਚੇ ਦੇ। ਇਸੇ ਤਰ੍ਹਾਂ ਹੀ ਆਪਾਂ ਇੱਧਰ ਵੀ ਇੱਕ ਫੰਦਾ ਬਣਾ ਲਾਂਗੇ ਕਲੀ ਦੇ ਨਾਲ, ਦੋ ਫੰਦੇ ਆਪਣੇ ਵੱਧ ਜਾਣਗੇ। ਇੱਕ ਫੰਦਾ ਆਪਾਂ ਇੱਧਰ ਬਣਾ ਲਿਆ ਅਤੇ ਆਪਣੇ ਸੀਗੇ 20 ਫੰਦੇ, ਹੁਣ ਇਹ ਆਪਣੇ 22 ਫੰਦੇ ਹੋ ਗਏ। ਇੱਕ ਇੱਧਰਲੀ ਸਾਈਡ ਵੱਧ ਗਿਆ ਫੰਦਾ, ਇੱਕ ਇੱਧਰਲੀ ਸਾਈਡ ਵੱਧ ਗਿਆ, ਹੁਣ ਇਹ ਆਪਣੇ 22 ਫੰਦੇ ਹੋ ਗਏ। ਹੁਣ ਆਪਾਂ ਇਹ ਕਲੀ ਬਣਾਵਾਂਗੇ ਅੱਗੇ, ਫਿਰ ਇਸ ਤਰ੍ਹਾਂ ਹੀ ਆਪਾਂ ਅੱਗੇ ਬਣਾਉਣਾ। 20 ਫੰਦੇ ਅਤੇ 22 ਫੰਦੇ ਬਣ ਜਾਣਗੇ 20 ਤੋਂ, ਫਿਰ ਆਪਾਂ ਕਲੀ ਬਣਾਉਣੀ ਆ। ਫਿਰ ਆਪਾਂ ਉਸੇ ਤਰ੍ਹਾਂ ਹੀ ਰਿਪੀਟ ਕਰਨਾ ਇਹਨੂੰ। ਹੁਣ ਆਪਾਂ ਇਹਦੇ ਵਿੱਚ ਦੀ ਬਣਾਵਾਂਗੇ, ਦੋ ਫੰਦੇ ਆਪਣੇ ਇੱਥੇ ਬਣ ਜਾਣਗੇ। ਹੁਣ ਇਹ ਆਪਣੇ ਅਗਲੀ ਸਾਈਡ 'ਚ ਉੱਧਰ ਗਿਣੇ ਜਾਣਗੇ 20 ਫੰਦੇ। ਹੁਣ ਆਪਾਂ ਇੱਧਰ ਨੂੰ 20 ਹੋ ਜਾਣਗੇ ਆਪਣੇ ਇਹ। ਇਸੇ ਤਰ੍ਹਾਂ ਹੀ ਆਪਾਂ ਰਿਪੀਟ ਕਰਕੇ ਆਹ ਜਿਹੜੀਆਂ ਕਲੀਆਂ ਬਣਾਈਆਂ, ਇਹ ਆਪਾਂ 16 ਕਲੀਆਂ ਬਣਾਉਣੀਆਂ। ਹਰੇਕ ਦੇ ਨਾਲ ਇੱਕ ਇੱਕ ਵਾਰੀ ਫੰਦਾ ਵੱਧ ਜਾਏਗਾ, ਫਿਰ ਆਪਣਾ ਇਹ ਪੂਰਾ ਹੋ ਜਾਏਗਾ। ਇੱਥੇ ਆਪਾਂ 10 ਬਣਾਏ ਸੀ, ਆਪਣੇ 11 ਹੋ ਗਏ, ਇਹ ਆਪਣੀ ਕਲੀ ਹੋ ਗਈ। ਇੱਥੇ ਆਪਾਂ 20 ਬਣਾਏ ਸੀ, ਇੱਥੇ ਹੁਣ ਆਪਣੇ 22 ਹੋ ਗਈ, ਇਹ ਫਿਰ ਕਲੀ ਹੋ ਗਈ। ਆਹ ਫਿਰ ਆਪਾਂ 20 ਬਣਾਏ, 20 ਪਾਏ ਸੀ ਅਤੇ ਇੱਥੇ ਆਪਣੇ 22 ਹੋ ਗਏ, ਇਹ ਕਲੀ ਬਣ ਗਈ। ਆਹ ਫਿਰ 20 ਪਾ ਕੇ ਆਪਾਂ 22 ਬਣਾ ਤੇ ਇੱਥੇ ਕਲੀ ਬਣ ਗਈ। ਇੱਥੇ 10 ਬਣਾਏ ਸੀ, ਇੱਥੇ 11 ਬਣ ਗਏ। ਹੁਣ ਆਪਾਂ ਇਸ ਤਰ੍ਹਾਂ ਇਹਨੂੰ ਕਰ ਦਾਂਗੇ। ਇਹ ਆਪਣਾ ਗਲਾ ਰਹਿ ਗਿਆ, ਗਲਾ ਬਣ ਗਿਆ, ਅਤੇ ਆਹ ਆਪਣੀਆਂ ਬਾਜੂ ਬਣ ਜਾਣਗੇ। ਆਹ ਆਪਣਾ ਫਰੰਟ ਸਾਈਡ ਆ, ਪਿਛਲੀ ਸਾਈਡ, ਬੈਕ ਸਾਈਡ। ਇਸ ਤਰ੍ਹਾਂ ਹੀ ਆਪਾਂ ਨੂੰ ਰਿਪੀਟ ਕਰਦੇ ਜਾਵਾਂਗੇ ਅਤੇ ਆਪਾਂ ਇਹ 18 ਕਲੀਆਂ ਬਣਾ ਲਾਂਗੇ ਅਤੇ ਫਿਰ ਆਪਣਾ ਮੋਢਾ ਬਣ ਜਾਊ। ਫਿਰ ਆਪਾਂ ਜਿਸ ਤਰ੍ਹਾਂ ਵੀ ਜੇ ਆਪਾਂ
ਥੱਲੇ ਨੂੰ ਵਧਾਉਣਾ ਉਦੋਂ ਵਧਾ ਸਕਦੇ ਹਾਂ। ਆਪਾਂ ਹੁਣ 18-16 ਕਲੀਆਂ ਬਣਾ ਲਈਆਂ, ਹੁਣ ਆਪਾਂ ਇਹਨਾਂ ਨੂੰ ਬਾਜੂ ਜੋੜਾਂਗੇ। ਇਸ ਤਰ੍ਹਾਂ ਹੀ ਆਪਾਂ ਬਣਾ ਲੈਣੀਆਂ 18 ਕਲੀਆਂ, ਰਿਪੀਟ ਕਰ ਹੁਣ ਆਪਾਂ 3 ਚੈਨਾਂ ਬਣਾ ਲਈਆਂ। ਹੁਣ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਰਿਪੀਟ ਕਰਾਂਗੇ ਜਿਸ ਤਰ੍ਹਾਂ ਪਹਿਲਾਂ ਬਣਾਇਆ। ਆਪਾਂ ਇਹ 16 ਕਲੀਆਂ ਬਣਾ ਲਈਆਂ ਸੀ, ਹੁਣ ਆਪਾਂ ਇਹਨਾਂ ਨੂੰ ਬਾਜੂ ਜੋੜਾਂਗੇ। ਇਸ ਤਰ੍ਹਾਂ ਆਪਾਂ ਇਹ ਬਣਾ ਲਿਆ। ਹੁਣ ਆਪਾਂ ਇੱਥੇ ਚੈਨ ਨਹੀਂ ਬਣਾਉਣੀ, ਹੁਣ ਆਪਾਂ ਇਹਨੂੰ ਇਹਦੇ ਨਾਲ ਇਸ ਤਰ੍ਹਾਂ ਹੀ ਹੁਣ ਆਪਾਂ ਇਹਦੇ ਨਾਲ ਜਿਹੜੀ ਇਸ ਚੀਜ਼ ਦੀ ਅਤੇ ਇਸ ਚੀਜ਼ ਨੂੰ ਆਪਾਂ ਇਹ ਜਾਣੀ ਫਰੰਟ ਆਪਣੀ ਬਾਂਹ ਰਹਿ ਜਾਣੀ ਹੈ, ਬਾਜੂ ਦਾ ਹਿੱਸਾ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਹੀ ਬਣਾ ਲਾਂਗੇ। ਵਲ ਪਾ ਕੇ ਚੈਨ ਡਬਲ ਕਰੋਸ਼ੀਏ ਨਾਲ ਹੀ ਅਟੈਚ ਕਰ ਲਾਂਗੇ। ਹੁਣ ਇਹ ਆਪਣਾ ਇਸ ਤਰ੍ਹਾਂ ਹੀ ਬਣ ਜਾਏਗਾ। ਹੁਣ ਆਪਾਂ ਇਹਨੂੰ ਕਲੀ ਦੇ ਨਾਲ ਦੇ ਫੰਦੇ ਵਿੱਚ ਦੀ ਬਣਾਵਾਂਗੇ। ਇਸ ਤਰ੍ਹਾਂ ਹੀ ਆਪਣਾ ਅਟੈਚ ਹੋ ਜੂਗੀ ਬਾਜੂ ਨਾਲ, ਆਪਣਾ ਫਰੰਟ ਸਾਈਡ ਆ ਜੂਗੀ। ਹੁਣ ਆਪਾਂ ਉਸੇ ਤਰ੍ਹਾਂ ਹੀ ਬਣਾਵਾਂਗੇ ਜਿਸ ਤਰ੍ਹਾਂ ਪਹਿਲਾਂ ਬਣਾਉਂਦੇ ਸੀ, ਹਰੇਕ ਚੈਨ ਦੇ ਵਿੱਚ ਦੀ ਚੈਨ ਪਾ ਕੇ ਡਬਲ ਕਰੋਸ਼ੀਏ ਨਾਲ ਬਣਾਵਾਂਗੇ।
ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ 'ਤੇ ਕਲਿੱਕ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ। ਇਸ ਤਰ੍ਹਾਂ ਹੀ ਆਪਾਂ ਹੈ ਨਾ ਦੂਸਰੀ ਬਾਜੂ ਜੋੜਾਂਗੇ ਨਾਲ ਇਹਦੇ। ਇਸ ਤਰ੍ਹਾਂ ਵਾਲ ਪਾ ਲਿਆ ਇਸ ਕਲੀ ਨੂੰ ਲੈ ਕੇ ਅਤੇ ਇਸ ਕਲੀ ਨੂੰ ਲੈ ਕੇ ਅਤੇ ਦੋਨਾਂ ਕਲੀਆਂ ਨੂੰ ਆਪਾਂ ਜੋੜ ਦਿਆਂਗੇ। ਹੁਣ ਇਹ ਆਪਣੀ ਇਸ ਤਰ੍ਹਾਂ ਜੁੜ ਗਈ। ਹੁਣ ਆਪਾਂ ਕਲੀ ਦੇ ਨਾਲ ਦੇ ਇਸ ਤਰ੍ਹਾਂ ਪਾ ਲਾਂਗੇ ਸਾਰੇ ਇੱਥੋਂ ਤੱਕ ਜਿੰਨੇ ਹੋਵੇ ਇਸ ਤਰ੍ਹਾਂ ਹੀ ਰਿਪੀਟ ਕਰ ਲਾਂਗੇ। ਚੈਨ ਦੇ ਦੀ ਚੈਨ ਪਾਈ ਚੱਲਾਂਗੇ ਜਿਵੇਂ ਪਹਿਲਾਂ ਪਾਏ ਆ। ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਣਾ ਕਿ ਵਧੀਆ ਲੱਗੀ ਹੈ ਜਾਂ ਨਹੀਂ, ਤਾਂ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ। ਤਾਂ ਲਈ ਸਤਿ ਸ਼੍ਰੀ ਅਕਾਲ, ਓਕੇ, ਬਾਏ ਬਾਏ।